ਕਿਰਨ ਬਾਕੀ ਸਮਾਨ ਸਾਰਾ ਤਿਆਰ ਆ ਨਾ? ਹਾਂਜੀ ਠੀਕ ਆ, ਬੱਚੇ ਹੋ ਤਿਆਰ ਜੇ? ਠੀਕ ਜੇ, ਹਾਂ ਵਾਰੀ ਵਾਰੀ ਤੁਹਾਨੂੰ ਵੀ ਘੁੱਟਣ ਨੂੰ ਦਾਂਗੇ। ਹਾਂਜੀ ਦੋਸਤੋ, ਸੋ ਸਾਰਿਆਂ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਕਿਵੇਂ ਠੀਕ ਠਾਕ ਸਾਰੇ ਜਣੇ? ਸੋ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਅਤੇ ਤਾਂ ਕਰਕੇ ਬੱਚਾ ਪਾਰਟੀ ਸਾਰੀ ਲਾਗੇ ਆਣ ਕੇ ਬੈਠੀ ਹੈ, ਕਹਿੰਦੇ ਸਾਡੇ ਕੋਈ ਠੰਡੀ ਚੀਜ਼ ਬਣਾ ਕੇ ਪਿਆ ਲਓ। ਸੋ ਅੱਜ ਆਪਾਂ ਲੱਗੇ ਹਾਂ ਜੀ ਠੰਡੀ ਮਿੱਠੀ ਗਰਮੀਆਂ ਦੀ ਸ਼ਰਦਾਈ ਤਿਆਰ ਕਰਨ ਵਾਸਤੇ, ਅਤੇ ਕਾਫੀ ਦਿਨਾਂ ਦੀ ਨਾ ਆਪਾਂ ਭਾਲ ਦੇ ਵਿੱਚ ਆ, ਸਾਨੂੰ ਡੰਡਾ ਨਹੀਂ ਲੱਭਣ ਡਿਆ, ਅਤੇ ਉਹਦੇ ਵਾਸਤੇ ਆਪਾਂ ਆਪਣੇ ਲਾਗੇ ਛਾਗੇ ਦੇ 10-15 ਪਿੰਡ ਫਿਰੇ ਅਤੇ ਡੰਡਾ ਨਹੀਂ ਲੱਭਾ। ਤੁਸੀਂ ਕਹਿ ਸਕਦੇ ਡੰਡਾ ਤਾਂ ਜਿਹੜਾ ਮਰਜ਼ੀ ਤੁਸੀਂ ਵਰਤ ਸਕਦੇ ਜੇ, ਪਰ ਨਹੀਂ ਆਪਾਂ ਲੱਭਣ ਡੇ ਹਾਂ ਨਿੰਮ ਦਾ ਡੰਡਾ। ਸੋ ਨਿੰਮ ਦਾ ਡੰਡਾ ਲੱਭਣ ਵਾਸਤੇ ਸਾਨੂੰ ਘੱਟੋ ਘੱਟ 5-6 ਦਿਨ ਪਹਿਲਾਂ ਖਰਾਬ ਕਰਨੇ ਪਏ, ਫਿਰ ਨਿੰਮ ਦਾ ਡੰਡਾ ਲੱਭਾ, ਤਿਆਰ ਕਰਾਇਆ ਉਹਨੂੰ, ਅਤੇ ਹੁਣ ਫਿਰ ਲੱਗੇ ਹਾਂ ਜੀ ਆਪਾਂ ਸ਼ਰਦਾਈ ਤਿਆਰ ਕਰਨ। ਅਤੇ ਇਹਦੇ ਵਿੱਚ ਆਪਾਂ ਰੈਸਪੀ ਕਿਹੜੀ ਕਿਹੜੀ ਪਾਉਣ ਲੱਗੇ ਹਾਂ, ਕਿਹੜੀਆਂ ਕਿਹੜੀਆਂ ਚੀਜ਼ਾਂ ਪਾਉਣ ਲੱਗੇ ਹਾਂ, ਆਓ ਥੋੜ੍ਹਾ ਜਿਹਾ ਲੱਗ ਗਿਆ ਤੁਹਾਨੂੰ ਮੈਂ ਦੱਸਾਂ। ਕਿਰਨ ਦੱਸੇਗੀ? ਅਤੇ ਸਾਰਿਆਂ ਤੋਂ ਪਹਿਲਾਂ ਤਾਂ ਆਹ ਵੇਖੋ ਆਪਾਂ ਵਿੱਚ ਪਾਉਣ ਲੱਗੇ ਹਾਂ ਜੀ ਬਦਾਮ। ਤੁਹਾਨੂੰ ਪਤਾ ਹੀ ਆ ਵੀ ਬਦਾਮਾਂ ਦਾ ਉਹ ਦਿਮਾਗ ਵਾਸਤੇ ਵਧੀਆ ਹੁੰਦੇ ਆ। ਦੂਜੇ ਨੰਬਰ 'ਤੇ ਆਏ ਆ ਜੀ ਕਾਜੂ, ਇਹ ਹੈਗੇ ਆ ਮਗਜ਼, ਸੌਂਫ, ਖਸਖਾਸ, ਹਰੀ ਇਲਾਚੀ ਅਤੇ ਕਾਲੀ ਮਿਰਚ ਅਤੇ ਗੁਲਾਬ ਦੀਆਂ ਪੱਤੀਆਂ। ਮੈਨੂੰ ਇੱਕ ਗੱਲ ਸਮਝ ਨਹੀਂ, ਕਾਲੀ ਮਿਰਚ ਦਾ ਵਿੱਚ ਕੀ ਕੰਮ ਆ? ਕਾਲੀ ਮਿਰਚ ਕਿਰਨ ਗਲੇ ਨੂੰ ਸਾਫ਼ ਕਰਦੀ ਆ। ਅੱਛਾ, ਹਾਂਜੀ, ਇਸ ਕਰਕੇ ਇਹ ਜਿੰਨੀਆਂ ਵੀ ਆਈਟਮਾਂ ਆਪਾਂ ਵਿੱਚ ਪਾਈਆਂ ਨਾ ਸਾਰਿਆਂ ਦਾ ਕੋਈ ਨਾ ਕੋਈ ਬੈਨੀਫਿਟ ਆ। ਹੁਣ ਗੁਲਾਬ ਦੇ ਪੱਤੇ ਜਿਹੜੇ ਉਹ ਵੀ ਤਸੀਰ ਉਹਦੀ ਵੀ ਠੰਡੀ ਹੁੰਦੀ ਆ, ਠੀਕ ਆ, ਨਾਲ ਟੇਸਟ ਆਏਗਾ, ਟੇਸਟ ਆਊਗਾ ਨਾਲ। ਸੌਂਫ, ਸੌਂਫ ਮੰਮੀ ਠੰਡੀ ਹੁੰਦੀ ਆ ਨਾ? ਸੌਂਫ ਹੀ ਠੰਡੀ, ਹਾਂ। ਅਤੇ ਬਦਾਮ ਤੁਹਾਨੂੰ ਪਤਾ ਗਰਮ ਹੁੰਦੇ ਆ, ਤਾਂ ਕਰਕੇ ਬਦਾਮ ਜਿਹੜੇ ਸੀ ਆਪਾਂ ਭਿਉਂ ਕੇ ਰੱਖੇ ਸੀ ਰਾਤ ਸਾਰੀ, ਅਤੇ ਤਾਂ ਕਰਕੇ ਇਹਦੀ ਤਸੀਰ ਭਿਉਂ ਤੋਂ ਬਾਅਦ ਠੰਡੀ ਹੋ ਜਾਂਦੀ ਆ। ਅਤੇ ਬਸ ਖਸਖਾਸ ਤੁਹਾਨੂੰ ਪਤਾ ਹੀ ਆ, ਉਹ ਵੀ ਸ਼ਰਦਾਈ ਖਸਖਾਸ ਤੋਂ ਬਿਨਾਂ ਤਾਂ ਬਣਦੀ ਆ ਨਹੀਂ, ਹੈ ਨਾ? ਅਤੇ ਕਰਦੇ ਹਾਂ ਜੀ ਹੁਣ ਆਪਾਂ ਆਪਣਾ ਸ਼ਰਦਾਈ ਵਾਲਾ ਕੰਮ ਸ਼ੁਰੂ। ਬੱਚਿਓ ਮੇਰੀ ਥਾਲੀ ਨਾ ਟੇਢੀ ਕਰਦੇ ਹੋ ਤੁਸੀਂ, ਠੀਕ ਹੈ, ਟੇਕ ਕੇ ਬਹੋ। ਅਤੇ ਇਹਦੇ ਵਿੱਚ ਆ ਜੀ ਆਪਣੇ ਡੰਡੇ ਦੋਵੇਂ, ਅਤੇ ਜਿਹੜੇ ਸਪੈਸ਼ਲ ਆਪਾਂ ਸ਼ਰਦਾਈ ਵਾਸਤੇ ਬਣਾ ਕੇ ਲਿਆਉਂਦੇ ਆ, ਅਤੇ ਕੱਢਦੇ ਹਾਂ। ਅਤੇ ਇਹ ਆ ਜੀ ਆਪਣਾ ਪਹਿਲਾ ਡੰਡਾ, ਇਹ ਛੋਟਾ ਸੀ ਥੋੜ੍ਹਾ ਜਿਹਾ, ਅਤੇ ਕਿਰਨ ਫੜੋ ਇਹਨੂੰ, ਇਹਨੂੰ ਫੜਨ ਵਾਸਤੇ ਪਰ ਕਿੱਧਰ ਰੱਖ ਜਾ ਤੂੰ ਸਾਈਡ ਤੇ, ਇਹਨੂੰ ਨਾ ਲੱਤ ਮਾਰਦੀ, ਇੱਧਰ ਆ ਸਾਹਮਣੇ ਆ। ਅਤੇ ਇਹ ਆ ਜੀ ਆਪਣਾ ਮੇਨ ਡੰਡਾ ਜਿਹੜਾ ਆਪਾਂ ਤਿਆਰ ਕਰਾਇਆ ਸਪੈਸ਼ਲ ਸ਼ਰਦਾਈ ਵਾਸਤੇ। ਇਹ ਮੇਰੇ ਵਰਗੀ ਬਸ ਔਖਾ ਹੀ ਕੰਮ ਆ, ਕਹਿੰਦਾ ਕਿੰਨਾ ਕੁ ਭਾਰ ਹੋਏਗਾ, ਬਥੇਰਾ ਵਾ ਮੇਰੇ ਤੇ, ਹੈ ਡੋਲੂਗਾ ਮੇਰੇ ਕੋਲ, ਡੋਲੂਗਾ ਡੋਲੂਗਾ, ਨਹੀਂ ਨਹੀਂ। ਸੋ ਇਹ ਆ ਗੱਲਬਾਤ ਰਗਿਰਤ, ਹੁਣ ਟੇਕ ਕੇ ਬਹਿ ਜਾ, ਮੈਨੂੰ ਤੇਰੇ ਤੋਂ ਡਰ ਆਉਣ ਡਿਆ, ਤੂੰ ਲੱਤ ਨਾ ਮਾਰਦੀ ਕਿਤੇ, ਹੈ ਹੈ, ਰੁਕ ਜਾ 2 ਮਿੰਟ, ਹੈ ਨਾ, ਇੱਥੇ ਟੇਕ ਕੇ ਬਹਿ। ਅਤੇ ਕਰਦੇ ਹਾਂ ਜੀ ਆਪਾਂ ਸ਼ੁਰੂਆਤ, ਅਤੇ ਹੁਣ ਸਮਾਨ ਆਪਾਂ ਜਿਹੜਾ ਵਿੱਚ ਸੁੱਟ ਦੇਣ ਲੱਗੇ ਹਾਂ। ਇਹ ਸਮਾਨ ਜਿਹੜਾ ਕਿ ਨਾ ਆਪਾਂ ਸਾਰਾ ਇਕੱਠਾ ਵੀ ਪਾ ਸਕਦੇ ਹਾਂ, ਇੱਕੋ ਵਾਰੀ 'ਚ ਵੀ ਰਗੜਨਾ, ਕਿਉਂਕਿ ਰਗੜਾਈ ਹੋਣੀ ਆ, ਅਤੇ ਇਕੱਠਾ ਸੁੱਟ ਦੀਆਂ, ਗੁਲਾਬ ਦੇ ਪੱਤੇ ਉੱਤੇ ਸੁੱਟੀਆਂ ਡੈਕੋਰੇਸ਼ਨ ਵਾਸਤੇ। ਵਾਹ ਜੀ ਵਾਹ, ਸ਼ਰਦਾਈ ਵਾਲਾ ਗਾਣਾ ਵੀ ਆਇਆ ਇੱਕ ਨਵੀਂ, ਪਿੰਡ ਬਾਬੇ ਆਣਾ ਬੜੀ ਸ਼ਰਦਾਈ ਰਗੜੀ। ਇਹ ਕਿੰਨੇ ਦਿਨਾਂ ਦਾ ਮੈਂ ਨਾ ਡਿਆ ਸੋਚਣ, ਅਤੇ ਅੱਜ ਉਹ ਦਿਨ ਆਇਆ ਆ। ਲਓ ਜੀ ਸਮਾਨ ਆਪਾਂ ਸਾਰਾ ਕੂੰਡੇ ਦੇ ਵਿੱਚ ਪਾ ਦਿੱਤਾ, ਅਤੇ ਹੁਣ ਰਗੜਾਈ ਸ਼ੁਰੂ ਹੋਣ ਲੱਗੀ ਆ, ਅਤੇ ਨਵਾਂ ਡੰਡਾ ਬਣਾਇਆ ਆ, ਅਤੇ ਫਸਟ ਟਾਈਮ ਇਹਨੂੰ ਯੂਜ਼ ਕਰਨ ਲੱਗੇ ਹਾਂ। ਅਤੇ ਹਰ ਕਿਰਤ ਤੁਸੀਂ ਤਾਂ ਨਹੀਂ ਕਰਨੀ ਸ਼ੁਰੂਆਤ, ਤੁਸੀਂ ਕਰਨੀ ਆ, ਆਲਾ ਫੜ ਫਿਰ, ਚੱਲ ਰਗੜ, ਚੱਲ ਲਾ ਜੋ, ਸਤਨਾਮ ਵਾਹਿਗੁਰੂ, ਵਾਹਿਗੁਰੂ। ਇਹ ਪਹਿਲਾਂ ਨਾ ਇੱਧਰ ਵੀ ਛੱਡੋ ਇੱਕ ਮਿੰਟ, ਇਹ ਪਹਿਲਾਂ ਨਾ ਗਿਰੀਆਂ ਕੋਟਲੀ ਦੀਆਂ ਹੁੰਦੀਆਂ, ਆ ਵੇਖ ਇੱਦਾਂ ਕਰਕੇ ਨਾ, ਇਹ ਗਿਰੀਆਂ ਜਿਹੜੀਆਂ ਨਾ ਹਰਕੇ ਜ਼ੋਰ ਦੀ ਨਹੀਂ, ਬਿਲਕੁਲ ਹੌਲੀ 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 ਇੱਦਾਂ ਕਰਕੇ, ਠੀਕ, ਚੱਲ ਚੱਲ।
ਵਾ ਅੱਛਾ ਵਾ। ਅਤੇ ਇਹਦੇ ਨਾਲ ਕੀ ਹੁੰਦਾ ਵੀ ਇਹ ਜਿਹੜੀ ਹੌਲੀ 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 ਇਹ ਗਿਰੀਆਂ ਜਿਹੜੀਆਂ ਨਾ ਉਹ ਸਾਰੀਆਂ ਬਰੀਕ ਹੋ ਜਾਂਦੀਆਂ ਕੁੱਟਣ ਦੇ ਨਾਲ, ਅਤੇ ਜਦੋਂ ਸਾਰਾ ਸਮਾਨ ਬਰੀਕ ਹੋ ਜਾਂਦਾ ਫਿਰ ਆਪਾਂ ਇਹਨੂੰ ਰਗੜਨਾ ਸ਼ੁਰੂ ਕਰ ਦੇਣਾ ਆ। ਅਤੇ ਛੋਟਾ ਡੰਡਾ ਆਪਾਂ ਤਾਂ ਕਰਕੇ ਬਣਾਇਆ ਵੀ ਜਦੋਂ ਸਮਾਨ ਕੁੱਟਣਾ ਹੋਏ ਤਾਂ ਉਦੋਂ ਛੋਟੇ ਦੇ ਨਾਲ ਕੁੱਟ ਲਿਆ, ਜਦੋਂ ਰਗੜਾਈ ਕਰਨੀ ਆ ਤਾਂ ਵੱਡੇ ਡੰਡੇ ਨਾਲ ਜਿਹੜੀ ਆ ਉਹ ਵਧੀਆ ਹੋ ਜਾਂਦੀ ਹੈ ਫਿਰ। ਅੱਛਾ ਵਾ, ਡੌਲਿਆਂ 'ਚ ਜਾਣ ਚਾਹੀਦੀ ਆ, ਤਕੜਾ ਹੋਣਾ ਤਕੜਾ। ਸੋ ਇਹ ਨਾ ਬਹੁਤ ਵਧੀਆ ਸ਼ਰਦਾਈ ਚੀਜ਼ ਆ, ਅਤੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਸ਼ਰਦਾਈ ਜਿਹੜੀ ਆ ਨਾ ਉਹ ਬਣਾ ਕੇ ਪਿਆ ਲਿਆ ਕਰੋ, ਕਿਉਂਕਿ ਸਾਰੀਆਂ ਤਾਕਤ ਵਾਲੀਆਂ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਆ। ਅਤੇ ਸਾਹ ਚੜ ਗਿਆ, ਚੱਲ ਬਹਿ ਜਾ, ਲਿਆ ਮੈਂ ਘੁੱਟਣਾ ਹੁਣ, ਛੱਡ ਦੇ ਕਿਰਨ ਤੂੰ, ਚੱਲ ਸਾਰੇ ਵਾਰੀ ਵਾਰੀ ਆ। ਨਹੀਂ ਸਾਹ ਚੜਿਆ, ਚਲੋ ਫਿਰ ਆਪਾਂ ਮਾਂ ਪੁੱਤ ਕਰਦੇ ਹੌਲੀ ਹੌਲੀ, ਬਸ ਬਾਹਰ ਨਾ ਕੁੰਡੇ ਚੋਂ ਬਾਹਰ ਨਾ ਨਿਕਲੇ, ਠੀਕ ਆ ਹੌਲੀ ਹੌਲੀ। ਕਿਰਨ ਇੱਦਾਂ ਕਰ, ਜੱਗ 'ਚ ਨਾ ਪਾਣੀ ਲਿਆ ਵਾ, ਕਿਉਂਕਿ ਮਾੜਾ ਮਾੜਾ ਨਾਲ ਨਾ ਲਾਉਣਾ ਪੈਂਦਾ, ਕਿਉਂਕਿ ਫਿਰ ਜਿਹੜਾ ਮਾਲ ਆ ਨਾ ਸਾਰਾ ਜਿੰਨਾ ਵੀ ਮਟੀਰੀਅਲ ਆ ਸਾਰਾ ਇਕੱਠਾ ਹੋ ਜਾਂਦਾ ਫਿਰ, ਠੀਕ ਆ। ਇੱਦਾਂ ਰਗੜਾਈ ਥੋੜ੍ਹੀ ਔਖੀ ਹੁੰਦੀ ਆ, ਜਾ ਲਿਆ ਪਾਣੀ। ਜਦੋਂ ਪਾਣੀ ਲੈ ਕੇ ਆਉਂਦੀ ਹੈ ਨਾ ਕਿਰਨ, ਫਿਰ ਆਪਾਂ ਉਹ ਵੱਡਾ ਜਿਹੜਾ ਕੁੰਡਾ ਹੈ ਨਾ ਡੰਡਾ, ਵੱਡੇ ਡੰਡੇ ਨਾਲ ਰਗੜਾਈ ਜਿਹੜੀ ਆਪਾਂ ਸ਼ੁਰੂ ਕਰ ਦੇਣੀ ਆ। ਫਿਰ ਪਾਣੀ ਆ ਗਿਆ ਆਪਣੇ ਕੋਲ, ਅਤੇ ਪਾਣੀ ਜਿਹੜਾ ਨਾ ਆਪਾਂ ਬਿਲਕੁਲ ਹਲਕਾ ਹਲਕਾ ਜਿਹਾ ਪਾਣੀ ਪਾਉਣਾ, ਇੱਕਦਮ ਸਾਰਾ ਇਕੱਠਾ ਪਾਣੀ ਨਹੀਂ ਪਾਉਣਾ ਹੈਗਾ, ਅਤੇ ਤਾਂ ਕਿ ਜਿਹੜੀ ਰਗੜਾਈ ਆ ਉਹ ਆਪਣੀ ਸੌਖੇ ਤਰੀਕੇ ਨਾਲ ਹੁੰਦੀ ਜਾਏ। ਅਤੇ ਇਹ ਛੋਟਾ ਡੰਡਾ ਜਿਹੜਾ ਹੁਣ ਆਪਾਂ ਇਹਨੂੰ ਸਾਈਡ 'ਤੇ ਰੱਖ ਦੇਣ ਲੱਗੇ ਹਾਂ, ਅਤੇ ਸਾਫ਼ ਕਰ ਲਓ ਚੰਗੀ ਤਰ੍ਹਾਂ, ਸਾਫ਼ ਕਰ ਲਿਆ ਕੇ ਬਸ ਬਾਅਦ ਵਿੱਚ ਹੁਣ ਆਪਾਂ ਵੱਡੇ ਡੰਡੇ ਦੀ ਵਰਤੋਂ ਲੱਗੇ ਹਾਂ ਕਰਨ। ਵੱਡੇ ਡੰਡੇ ਨਾਲ ਆਪਾਂ ਸ਼ੁਰੂ ਕਰਦੇ ਹਾਂ ਘੁੱਟਣਾ ਕਿਰਨ। ਆ ਡੰਡਾ ਛੋਟਾ ਜਿਹੜਾ ਇਹਨੂੰ ਸਾਈਡ 'ਤੇ ਰੱਖ ਲਿਆ, ਵੀ ਹੁਣ ਵੱਡੇ ਡੰਡੇ ਦੀ ਆ ਗਈ ਵਾਰੀ, ਇਹਨੂੰ ਤੂੰ ਉੱਤੋਂ ਫੜ ਕੇ ਰੱਖ, ਠੀਕ ਆ। ਕੰਮ ਸੌਖਾ ਕਿਹੜਾ ਹੁੰਦਾ ਹੈ, ਇਹ ਪਹਿਲਾਂ ਜਾਨ ਲਾਉਣੀ ਪੈਂਦੀ ਆ, ਤੇ ਫਿਰ ਠੰਡੀ ਮਿੱਠੀ ਸ਼ਰਦਾਈ ਤਿਆਰ ਹੁੰਦੀ ਆ, ਡੋਲੇ ਤੇ ਤਿਆਰ ਹੋਣਗੇ ਬਿਲਕੁਲ। ਹਾਂਜੀ ਦੋਸਤੋ, ਅੱਧਾ ਘੰਟਾ ਹੋ ਗਿਆ ਆਪਾਂ ਨੂੰ ਰਗੜਾਈ ਕਰਦਿਆਂ, ਅਤੇ ਅਜੇ ਮਤਲਬ ਕਿ ਸ਼ਰਦਾਈ ਦਾ ਜਿਹੜਾ ਸਮਾਨ ਹੈ ਤਿਆਰ ਨਹੀਂ ਹੋਇਆ ਹੈਗਾ, ਆਪਣੀ ਸ਼ਰਦਾਈ ਅਜੇ ਤਿਆਰ ਨਹੀਂ ਹੋਈ, ਕਿਉਂਕਿ ਇਹ ਤਿਆਰ ਪ੍ਰੋਪਰ ਤਰੀਕੇ ਨਾਲ ਉਦੋਂ ਹੁੰਦੀ ਆ ਜਦੋਂ ਨਾ ਆਪਾਂ ਇਹਨੂੰ ਹੱਥ ਲਾ ਕੇ ਚੈੱਕ ਕਰਨਾ ਆ, ਅਤੇ ਜਿੰਨਾ ਵੀ ਸਮਾਨ ਆ ਇਹਨਾਂ ਨੂੰ ਚੈੱਕ ਕਰਨਾ, ਜਦੋਂ ਇਹਦੇ ਵਿੱਚੋਂ ਨਾ ਖਸਖਾਸ ਜਿਹੜੀ ਆ ਨਾ ਉਹ ਬਰੀਕ ਜਿਹੜੀ ਬਿਲਕੁਲ ਘੱਟ, ਜਿਸ ਤਰ੍ਹਾਂ ਪੇਸਟ ਨਹੀਂ ਹੁੰਦੀ ਹੈਗੀ ਪੇਸਟ ਆਪਾਂ ਕੋਲਗੇਟ ਕਰਦੇ ਹਾਂ, ਉਸ ਤਰੀਕੇ ਨਾਲ ਜਦੋਂ ਇਹ ਸਾਰਾ ਸਮਾਨ ਤਿਆਰ ਹੋ ਗਿਆ ਨਾ, ਸਮਝ ਲਓ ਕਿ ਫਿਰ ਜਾ ਕੇ ਆਪਣੀ ਸ਼ਰਦਾਈ ਤਿਆਰ ਹੁੰਦੀ ਆ। ਅਤੇ ਅਜੇ ਇਹਦੇ ਵਿੱਚ ਖਸਖਾਸ ਦੇ ਦਾਣੇ ਜਿਹੜੇ ਆ ਨਾ ਰੜਕਣ ਦੇ ਪੋਟਿਆਂ ਦੇ ਨਾਲ, ਇਹਦਾ ਮਤਲਬ ਇਹ ਆ ਵੀ ਅਜੇ ਤੱਕ ਜਿਹੜਾ ਸਮਾਨ ਆ ਤਿਆਰ ਨਹੀਂ ਹੋਇਆ, ਠੀਕ ਆ। ਅਤੇ ਅੱਧਾ ਘੰਟਾ ਹੋ ਗਿਆ ਆ, ਹੁਣ ਤੁਸੀਂ ਆਪ ਹੀ ਵੇਖ ਲਓ ਇਹਨੂੰ ਬਣਾਉਣ ਦੇ ਵਿੱਚ ਕਿੰਨੀ ਮਿਹਨਤ ਲੱਗਦੀ ਆ, ਅਤੇ ਫਿਰ ਸਵਾਦ ਵੀ ਆਉਂਦਾ ਨਾ ਹੈ ਕਿਰਨ। ਅਤੇ ਪੀਣ ਲੱਗਿਆ 2 ਮਿੰਟ, ਪੀਣ ਲੱਗਿਆ 2 ਮਿੰਟ ਦੇ ਵਿੱਚ ਪੀ ਗਾਂ ਹੋਈ ਦਾ। ਚਲੋ ਉਹ ਡੰਡਾ ਫੜ, ਇਹਨੂੰ ਥੱਲੇ ਮੁੰਡਾ ਇਹਨੂੰ ਲਓ ਵੀ ਮਿੱਤਰੋ, ਪੂਰਾ 1.5 ਘੰਟਾ ਹੋ ਗਿਆ ਆਪਾਂ ਨੂੰ ਸ਼ਰਦਾਈ ਤਿਆਰ ਕਰਦੇ ਹਾਂ, ਅਤੇ ਆਪਣਾ ਸਮਾਨ ਜਿਹੜਾ ਬਿਲਕੁਲ ਰੈਡੀ ਹੋ ਗਿਆ ਆ, ਅਤੇ ਡੰਡੇ ਆਪਾਂ ਦੋਵੇਂ ਸਾਫ਼ ਕਰ ਲਏ ਆ, ਅਤੇ ਹੁਣ ਟਾਈਮ ਆ ਜੀ ਛਾਣਾ ਲਾਉਣ ਦਾ, ਅਤੇ ਡੰਡੇ ਦੋਵਾਂ ਦਾ ਕੰਮ ਹੋ ਗਿਆ ਆ। ਅਤੇ ਛਾਣੇ ਵਾਸਤੇ ਆਪਾਂ ਇੱਕ ਬਾਲਟੀ ਲਈ ਆ, ਅਤੇ ਇੱਕ ਕੱਪੜਾ ਲਿਆ ਆ, ਜਿਹਦੇ ਵਿੱਚੋਂ ਦੀ ਆਪਾਂ ਇਹ ਜਿਹੜਾ ਸਮਾਨ ਹੈ ਇਹਨੂੰ ਸਾਰਿਆਂ ਨੂੰ ਨਿਚੋੜਨਾ ਆ, ਅਤੇ ਨਿਚੋੜ ਕੇ ਪਹਿਲਾਂ ਸਾਰਾ ਸਮਾਨ ਆਪਾਂ ਇਹਦੇ ਵਿੱਚ ਕੱਢ ਕੇ ਰੱਖ ਲੈਣਾ, ਬਾਅਦ 'ਚ ਹੱਥ ਦੇ ਨਾਲ ਇਹਨੂੰ ਨਿਚੋੜਦੇ ਹਾਂ, ਠੀਕ ਆ ਕਿਰਨ। ਅਤੇ ਆ ਜਿੰਨਾ ਵੀ ਸਮਾਨ ਆਪਾਂ ਕੁੰਡੇ ਦੇ ਵਿੱਚ ਰਗੜਿਆ ਹੈ ਨਾ ਉਹ ਸਾਰਾ ਹੁਣ ਕੱਪੜੇ ਛਾਣ ਕਰਨਾ ਆ, ਅਤੇ ਇਹਨੂੰ ਸਾਰੇ ਨੂੰ ਆਪਾਂ ਹੁਣ ਕੱਢਦੇ ਹਾਂ, ਫੜ ਕੇ ਰੱਖੀ ਕਿਰਨ, ਠੀਕ ਆ। ਸਾਰਾ ਨਿਚੋੜ ਇਹੋ ਹੀ ਆ, 1.5 ਘੰਟੇ ਦੀ ਮਿਹਨਤ ਕਿਰਨ।
ਬਾਕੀ ਜੇ ਕਿਸੇ ਵੀਰ ਭਰਾ ਨੂੰ ਸ਼ੂਗਰ ਆ ਤੇ ਉਹ ਖੰਡ ਜਾਂ ਸ਼ੱਕਰ ਵਿੱਚ ਨਾ ਪਾਏ ਤੇ ਬਾਕੀ ਆਪਾਂ ਇਹਦੇ ਵਿੱਚ ਹੁਣ ਗੁੜ ਆਪਣੇ ਕੋਲ ਪਿਆ ਸੀ ਤੇ ਗੁੜ ਦਾ ਆਪਾਂ ਇਹਦੇ ਵਿੱਚ ਸੁੱਟਤਾ ਸੀ ਤੇ ਉਹ ਗੁੜ ਜਿਹੜਾ ਮਿਕਸ ਕਰਤਾ ਵਿੱਚ ਹੀ ਆਪਾਂ ਤੇ ਆਪਣੇ ਸਵਾਦ ਅਨੁਸਾਰ ਜਿੰਨਾ ਕੁ ਤੁਹਾਨੂੰ ਚੰਗਾ ਲੱਗਦਾ ਓਨਾ ਕੁ ਤੁਸੀਂ ਗੁੜ ਪਾ ਸਕਦੇ ਜੇ ਮਿੱਠੇ ਵਾਸਤੇ ਤੇ ਦੁੱਧ ਵੀ ਤੁਹਾਡੀ ਆਪਣੀ ਮਰਜ਼ੀ ਆਪਣੇ ਜੀਆਂ ਦੇ ਹਿਸਾਬ ਨਾਲ ਵੇਖ ਲਓ ਜੇ ਪਾਉਣਾ ਪਾ ਲਓ ਨਹੀਂ ਤੇ ਇਦਾਂ ਵੀ ਪੀਤਾ ਜਾ ਸਕਦਾ ਪਰ ਮੈਂ ਕਹਿੰਦੀ ਹਾਂ ਕਿ ਖੰਡ ਦੀ ਜਗ੍ਹਾ ਹਮੇਸ਼ਾ ਜਾਂ ਗੁੜ ਚ ਸ਼ੱਕਰ ਦੇ ਯੂਜ਼ ਕਰਿਆ ਕਰੋ ਹਾਂ ਬਾਕੀ ਜਿੰਨਾ ਵੀ ਕੁੰਡੇ ਦੇ ਵਿੱਚ ਲੱਗਾ ਨਾ ਸਮਾਨ ਸਾਰਾ ਹੀ ਉਹਨੂੰ ਸਾਰੇ ਨੂੰ ਤੁਸੀਂ ਨਾ ਇੱਕ ਵਾਰ ਪਾਣੀ ਫੇਰ ਲੈਣਾ ਤਾਂ ਕਿ ਜਿਹੜਾ ਕੁੰਡਾ ਹੈ ਨਾ ਜਿਹੜਾ ਉਹ ਕੁੰਡਾ ਜਿਹੜਾ ਚੰਗੀ ਤਰ੍ਹਾਂ ਸਾਫ਼ ਹੋ ਜੇ ਤੇ ਇਹ ਚੰਗੇ ਤਰੀਕੇ ਨਾਲ ਕੁੰਡੇ ਦੀ ਵੀ ਸਫਾਈ ਕਰ ਲੈਣੀ ਆਪਾਂ ਤੇ ਬਾਅਦ 'ਚ ਸਾਰੇ ਨੂੰ ਕੁੰਡਾ ਵੀ ਸਾਰਾ ਚੁੱਕ ਕੇ ਤੇ ਆਪਾਂ ਵਿੱਚ ਪਾ ਲੈਣਾ ਆਪਦੇ ਠੀਕ ਹੈ ਕਹਿੰਦਾ ਲਓ ਜੀ ਤੇ ਹੋ ਗਿਆ ਜੀ ਰੈਡੀ ਸਮਾਨ ਤੇ ਆਹ ਵੀ ਜਿਹੜਾ ਕੁੰਡੇ ਜੀ ਸਮਾਨ ਪਰੇ ਕਰਕੇ ਕੋਈ ਗੱਲ ਨਹੀਂ ਰੁੱਕ ਜਾ ਲਓ ਜੀ ਕੁੰਡਾ ਹੋ ਗਿਆ ਜੀ ਵਿਹਲਾ ਕਿਰਨ ਏਦਾਂ ਛਾਣਾ ਨਹੀਂ ਲੱਗਦਾ ਤੈਨੂੰ ਦੱਸ ਨਾ ਦੋ ਮਿੰਟ ਰੁਕ ਜਾ ਇਤਰਾ ਇਹਨੂੰ ਬਾਹਰ ਕੱਢ ਆ ਕੌਲੀ ਸਾਫ਼ ਕਰ ਤੂੰ ਫੜਾ ਮੈਨੂੰ ਏਦਾਂ ਥੋੜਾ ਕਰਨਾ ਇਹਨੂੰ ਹਾਂਜੀ ਤਕਨੀਕ ਨੀ ਆ ਤੈਨੂੰ ਪਤਾ ਹੀ ਨੀ ਫਿਰ ਇਹਨੂੰ ਫੜ ਇਹਦੀਆਂ ਚਾਰੇ ਨੁਕਰਾਂ ਇਕੱਠੀਆਂ ਕਰਨੀਆਂ ਹੁਣ ਪਰਨੇ ਦੀਆਂ ਧਿਆਨ ਨਾਲ ਹੁਣ ਦੋ ਨੁਕਰਾਂ ਕਿਹੜੀਆਂ ਤੇਰੀ ਸਾਈਡ ਦੇ ਉੱਤੇ ਸਾਰੀਆਂ ਨੀ ਦੋ ਨੁਕਰਾਂ ਤੂੰ ਫੜਨੀਆਂ ਦੋ ਮੈਂ ਫੜਨੀਆਂ ਠੀਕ ਆ ਆ ਫੜ ਲਈਆਂ ਨਾ ਬਸ ਆ ਜਦੋਂ ਆਪਾਂ ਇਕੱਠੀਆਂ ਕਰ ਲੈਣੀਆਂ ਨਾ ਆਵੇ ਆ ਤੁਸੀਂ ਵੀ ਸਾਰੇ ਜਣੇ ਧਿਆਨ ਨਾਲ ਵੇਖੋ ਜਿਹੜੇ ਤੇ ਮੇਰੇ ਵੀਰ ਭਰਾ ਬਣਾਉਂਦੇ ਆ ਉਹਨਾਂ ਨੂੰ ਤੇ ਪਤਾ ਵੀ ਕੱਪੜੇ ਛਾਣ ਕਿੱਦਾਂ ਕਰੀਦਾ ਆ ਇਸ ਤਰ੍ਹਾਂ ਚਾਰੇ ਨੁਕਰਾਂ ਇਕੱਠੀਆਂ ਕਰਕੇ ਨਾ ਤੇ ਆਪਾਂ ਗੰਢ ਦੇ ਲੈਣੀ ਆ ਠੀਕ ਆ ਕਿੰਨਾ ਗੰਢ ਦੇ ਕੀ ਕਿਦਾਂ ਵਾ ਕਰ ਲਓ ਜਿੱਦਾਂ ਕਰਦਾ ਤੇ ਜਦੋਂ ਗੰਢ ਆਪਾਂ ਦੇ ਦਿੱਤੀ ਆ ਤੇ ਜਿਹੜਾ ਸਮਾਨ ਆਪਣਾ ਸਾਰਾ ਹੈ ਨਾ ਫਿਰ ਸਾਰਾ ਥੱਲੇ ਚੱਲ ਜਾਣਾ ਤੇ ਇਹਦੇ ਵਿੱਚ ਫਿਰ ਆਪਾਂ ਇਹਨੂੰ ਰਗੜ ਕੇ ਨਾ ਤੇ ਇਸ ਤਰੀਕੇ ਨਾਲ ਇੱਥੇ ਗੰਢ ਦੇ ਦੇਣੀ ਤੇ ਜਿਹੜਾ ਸਮਾਨ ਤੁਹਾਡੇ ਬਾਹਰ ਨਾ ਨਿਕਲੇ ਹੁਣ ਵੇਖ ਆ ਵੇ ਇਸ ਤਰੀਕੇ ਦੇ ਨਾਲ ਲੱਗੀ ਸਮਝ ਰਕੇਤ ਕਹਿੰਦਾ ਥੱਲੇ ਚੋਣ ਡਿਆ ਆ ਥੱਲੇ ਚੋਣ ਨਹੀਂ ਡਿਆ ਇਹ ਰਗੜਾ ਨਿਕਲ ਡਿਆ ਇਸ ਤਰੀਕੇ ਦੇ ਨਾਲ ਕੱਪੜ ਛਾਣ ਕਰਨਾ ਠੀਕ ਆ ਕਹਿੰਦੇ ਵੇਖਣ ਡਿਆ ਕਿ ਨਿਕਲ ਪਾਟਾ ਨਹੀਂ ਆ ਨਹੀਂ ਪਾਟਾ ਇਹ ਸਾਰਾ ਜੂਸ ਹੀ ਆ ਇਹ ਲਾ ਲਓ ਜੀ ਹਰਕਿਰਤ ਕਿੰਨੀ ਕੁ ਬਰਫ਼ ਪਾਈ ਦੱਸ ਫਿਰ ਹੋਰ ਫਿਰ ਜ਼ਿਆਦਾ ਠੰਡੀ ਹੋ ਜਾਣੀ ਆ ਲਓ ਜੀ ਬਰਫ਼ ਦੀ ਵੀ ਆਪਾਂ ਕਮੀ ਪੂਰੀ ਕਰਤੀ ਆ ਇਹਨੂੰ ਨਾ ਵਿੱਚ ਪਾਇਆ ਫਿਰ ਤੇ ਲਿਆ ਕੇ ਨਾ ਦੁੱਧ ਫੜਾ ਹੁਣ ਕੀ ਕਿੱਥੇ ਆ ਦੂਜਾ ਕੀ ਤੇ ਲਓ ਜੀ ਵਾਹ ਜੀ ਵਾਹ ਕਿਰਨ ਮਜ਼ੇ ਹੀ ਮਜ਼ੇ ਲਿਆ ਫਿਰ ਕਿਰਨ ਗਲਾਸ ਚੈੱਕ ਕਰਕੇ ਦੱਸ ਕਿੱਦਾਂ ਦੀ ਬਣੀ ਵਿੱਚ ਕਰ ਬਾਹਰ ਨਾ ਠੋਲ ਕਰੋ ਚੈੱਕ ਸਵਾਦ ਬਾਬਾ ਜੀ ਮਿੱਠਾ ਘਾਟਾ ਕੋਈ ਨੀ ਗੁੜ ਹੋਰ ਪਾ ਲੈਂਦੇ ਹਰ ਕਿਰਤ ਤੁਸੀਂ ਚੈੱਕ ਕਰੋ ਮਿੱਠਾ
ਕਾਲੀ ਮਿਰਚ ਤੇ ਕਲੇਜੀ ਚਾਟ ਲਈ ਠੀਕ ਆ ਕੈਮਰਾ ਕੈਮਰਾਮੈਨ ਓਕੇ ਓਕੇ ਗੂਠਾ ਲਾ ਦੋ ਫਿਰ ਓਕੇ ਮਿੱਠਾ ਘੱਟ ਕੋਈ ਨਾ ਗੁੜ ਘੋਲ ਲੈਣੇ ਹੋਰ ਥੋੜਾ ਜਿਹਾ ਵਿੱਚ ਤੇ ਤਾਂ ਹੀ ਮੈਂ ਕਿਹਾ ਵੀ ਤੁਸੀਂ ਆਪਣੇ ਸਵਾਦ ਦੇ ਅਕੋਰਡਿੰਗ ਮਿੱਠਾ ਜਿਹੜਾ ਵੱਧ ਘੱਟ ਕਰ ਸਕਦੇ ਜੇ ਤੇ ਚਲੋ ਠੀਕ ਆ ਜੀ ਅੱਜ ਵਾਲੇ ਫਿਰ ਵਲੌਗ ਦਾ ਇਹ ਸ਼ਰਦਾਈ ਵਾਲਾ ਜਿਹੜਾ ਬਣਾਇਆ ਆਪਾਂ ਇੱਥੇ ਕਰਦੇ ਹਾਂ ਐਂਡ ਤੇ ਬਾਕੀ ਸਾਰੇ ਜਾਣੇ ਹੁਣ ਆਪਾਂ ਪੀਂਦੇ ਹਾਂ ਸ਼ਰਦਾਈ ਠੰਡੀ ਠੰਡੀ ਤੁਸੀਂ ਸਾਰੇ ਜਾਣੇ ਇੱਕ ਵਾਰ ਬਣਾ ਕੇ ਆਪਣੇ ਘਰ ਦੇ ਵਿੱਚ ਇਹਨੂੰ ਜ਼ਰੂਰ ਟਰਾਈ ਕਰਿਓ ਤੇ ਮਿਲਦੇ ਹਾਂ ਜੀ ਤੁਹਾਨੂੰ ਇੱਕ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਸਾਰਿਆਂ ਨੂੰ।